मौजूदा सीएम दे विच चल रहा वाद विवाद ट्वीट किए जाते हैं, प्रेस कॉन्फ्रेंस की जाती ने, एक दूजे उत्ते इल्जाम लगाए जाते हैं, चेतावनियां दी जा रही ने, ते उन्हां सब दे विच की आखिरकार जिहड़ा भ्रिष्टाचार का मुद्दा है, मसला है, उसका कोई हल होएगा? इसे ही मसले ते अज असी चर्चा करांगे। ਪੰਜਾਬ ਦੀ ਧਰਤੀ ਚੱਲ ਰਿਹਾ ਹੁਣ ਇੱਕ ਨਵੀਂ ਕਿਸਮ ਦਾ ਵਾ, ਇੱਕ ਸਾਬਕਾ ਮੁੱਖ ਮੰਤਰੀ ਆ ਤੇ ਇੱਕ ਮੌਜੂਦਾ ਮੁੱਖ ਮੰਤਰੀ ਆ, ਜਿਸ ਤਰ੍ਹਾਂ ਇੱਕ ਦੂਜੇ ਤੇ ਇਲਜ਼ਾਮ ਲਾ ਰਹੇ ਨੇ, ਜਾਂ ਤਾਂ ਇਹ ਇਉਂ ਲੱਗਦਾ ਵੀ ਜਿਹੜੇ ਹੋਰ ਮੁੱਦੇ ਨੇ ਉਹਨਾਂ ਤੋਂ ਮੁੱਖ ਮੰਤਰੀ ਸਾਹਿਬ ਵੀ ਧਿਆਨ ਭਟਕਾਉਣਾ ਦਿੰਦੇ ਚਾਹੁੰਦੇ ਨੇ, ਕਿਉਂਕਿ ਜੇ ਉੱਤੇ ਹੈਗਾ ਤਾਂ ਉਹਨੂੰ ਫੜਕਦੇ। इल्जाम लगाए जाते हैं या फिर भगवंत मान तक एक गल पहुँचाई जाती है कि उसनू नौकरी के नाम से 2 करोड़ रुपए उस तो मंगे जाते हैं, रिश्वत मंगी जाती है चन्नी साहब के रिश्तेदार के कोलों। आम आदमी पार्टी ने अपने ही मंत्रियों नू भी फड़िया रिश्वत लेंदे, सो उन्हां नू जेकर एट ए टाइम से फड़िया जा सकता ਤਾਂ ਹੁਣ ਸਿਰਫ ਚੇਤਾਵਨੀਆਂ ਦੇਣੀਆਂ ਜਾਂ ਫਿਰ ਟਵਿੱਟਰ ਕਰਕੇ ਇਸ ਗੱਲ ਦੀ ਚੇਤਾਵਨੀ ਦੇਣੀ ਕਿ ਤੁਸੀਂ ਜਨਤਕ ਕਰ ਦਿਓ, ਤੁਹਾਨੂੰ ਇੰਨੇ ਸਮੇਂ ਤੱਕ ਦਾ ਅਲਟੀਮੇਟਮ ਦਿੱਤਾ ਜਾਂਦਾ, ਇਹ ਕਿਸ ਹੱਦ ਤੱਕ ਸਹੀ ਲੱਗਦਾ? ਦੋ ਕਰੋੜ ਕੋਈ ਛੋਟੀ ਰਕਮ ਨਹੀਂ ਹੁੰਦੀ, 2 ਕਰੋੜ ਰੁਪਏ ਮੰਗੇ ਜਾਂਦੇ ਨੇ ਨੌਕਰੀ ਦਿਵਾਉਣ ਦੇ ਨਾਮ 'ਤੇ। ऐसा केड़ा डिपार्टमेंट है पंजाब दा कि जिदे विच कि 2 करोड़ दी नौकरी जिहड़ी लई जा रही है, 2 करोड़ पे दे के नौकरी लई जा रही है? ये नहीं आपां कह सकदे कि पिछले समय दे विच जिहे नौकरी लैण वास्ते पैसा नहीं चलदा रिहा। कई वार हुंदा वी आपां नूं सबूत जुटाउणे बहुत औखे हो जांदे आ, असल दे विच पैसा लिया हुंदा पर जिन्हें दित्ता हुंदा ओह वी बोलण नूं तैयार नहीं, जिन्हें लिया हुंदा उहने तां बोलना ही की आ। ਸਤਿ ਸ਼੍ਰੀ ਅਕਾਲ, ਤੇ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਅੰਜਲੀ। ਲੋਕ ਆਵਾਜ਼ ਦੇ ਵਿੱਚ ਅਕਸਰ ਅਸੀਂ ਗੱਲ ਕਰਦੇ ਹਾਂ ਪਖਦੇ ਹੋਏ ਮੁੱਦਿਆਂ ਤੇ, ਚਰਚਾ ਦੇ ਹੋ ਰਹੇ ਵਿਸ਼ਿਆਂ ਤੇ ਅੱਜ ਕੱਲ ਸਭ ਤੋਂ ਚਰਚਾ ਦਾ ਵਿਸ਼ਾ ਹੈ ਜੀ ਸਾਬਕਾ ਸੀਐਮ ਤੇ ਮੌਜੂਦਾ ਸੀਐਮ ਦੇ ਵਿੱਚ ਚੱਲ ਰਿਹਾ ਵਾਦ ਵਿਵਾਦ। ਟਵੀਟ ਕੀਤੇ ਜਾਂਦੇ ਨੇ, ਪ੍ਰੈਸ ਕਾਨਫਰੰਸ ਕੀਤੀਆਂ ਜਾਂਦੀਆਂ ਨੇ, ਇੱਕ ਦੂਜੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ, ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ, ਤੇ ਉਹਨਾਂ ਸਭ ਦੇ ਵਿੱਚ ਕੀ ਆਖਿਰਕਾਰ ਜਿਹੜਾ ਭ੍ਰਿਸ਼ਟਾਚਾਰ ਦਾ ਮੁੱਦਾ ਹੈ, ਮਸਲਾ ਹੈ, ਉਸਦਾ ਕੋਈ ਹੱਲ ਹੋਏਗਾ? ਇਸੇ ਹੀ ਮਸਲੇ ਤੇ ਅੱਜ ਅਸੀਂ ਚਰਚਾ ਕਰਾਂਗੇ। ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਸੰਤੋਖ ਸਿੰਘ ਪੰਨੂ ਜੀ। ਸਰ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਸਰ। ਮੌਜੂਦਾ ਸੀਐਮ ਭਗਵੰਤ ਮਾਨ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਸਾਬਕਾ ਸੀਐਮ ਚੰਨੀ ਸਾਹਿਬ ਨੂੰ ਕਿ ਸਾਰੀ ਜਾਣਕਾਰੀ ਜਿਹੜੀ ਹੈ ਰਿਸ਼ਵਤ ਲੈਣ ਦੀ ਉਹ ਜਨਤਕ ਕਰ ਦਿੱਤੀ ਜਾਏ, ਇੱਕ ਇਸ ਮਸਲੇ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ? ਦੇਖੋ ਜੀ, ਜੇ ਤਾਂ ਮਸਲੇ ਵਾਲਾ ਆਪਾਂ ਦੀ ਗੱਲ ਕਰੀਏ, ਮਸਲਾ ਤਾਂ ਬਹੁਤ ਵੱਡਾ, ਪਰ ਇਉਂ ਲੱਗਦਾ ਵੀ ਜਿਵੇਂ ਨਾ ਪੰਜਾਬ ਦੇ ਲੋਕ ਦੰਗਲ ਵੇਖਣ ਦੇ ਨਾ ਆਦੀ ਜੇ ਹੋ ਗਏ, ਤੇ ਨਵੀਂ ਤਰ੍ਹਾਂ ਦਾ ਦੰਗਲ ਚੱਲ ਰਿਹਾ। ਅੱਜ ਤੱਕ ਜਿਹੜੇ ਅਫਸਰ ਨੇ, ਮੰਤਰੀ ਆ, ਰਿਸ਼ਵਤ ਲੈਂਦੇ ਫੜੇ ਵੀ ਗਏ, ਉਹਨਾਂ ਨੂੰ ਸਜ਼ਾਵਾਂ ਵੀ ਹੋਈਆਂ, ਤੇ ਕਈ ਜਿਹੜੇ ਆ ਕੋਰਟਾਂ ਦੇ ਵਿੱਚ ਜਾ ਕੇ ਮਤਲਬ ਵੀ ਦੋਸ਼ੀ ਨਹੀਂ ਵੀ ਸਾਬਤ ਹੋਏ। ਪਰ ਆਹ ਜਿਹੜਾ ਦੰਗਲ ਪੰਜਾਬ ਦੀ ਧਰਤੀ ਚੱਲ ਰਿਹਾ ਹੁਣ, ਇੱਕ ਨਵੀਂ ਕਿਸਮ ਦਾ ਵਾ, ਇੱਕ ਸਾਬਕਾ ਮੁੱਖ ਮੰਤਰੀ ਆ ਤੇ ਇੱਕ ਮੌਜੂਦਾ ਮੁੱਖ ਮੰਤਰੀ ਆ, ਜਿਸ ਤਰ੍ਹਾਂ ਇੱਕ ਦੂਜੇ ਤੇ ਇਲਜ਼ਾਮ ਲਾ ਰਹੇ ਨੇ, ਜਾਂ ਤਾਂ ਇਹ ਇਉਂ ਲੱਗਦਾ ਵੀ ਜਿਹੜੇ ਹੋਰ ਮੁੱਦੇ ਨੇ ਉਹਨਾਂ ਤੋਂ ਮੁੱਖ ਮੰਤਰੀ ਸਾਹਿਬ ਵੀ ਧਿਆਨ ਭਟਕਾਉਣਾ ਦਿੰਦੇ ਚਾਹੁੰਦੇ ਨੇ, ਕਿਉਂਕਿ ਜੇ ਉੱਤੇ ਹੈਗਾ ਤਾਂ ਉਹਨੂੰ ਫੜਕਦੇ ਜੇਲ੍ਹ ਦੇ ਦੇਣਾ ਚਾਹੀਦਾ, ਇਹ 'ਚ ਕੋਈ ਲਿਹਾਜ਼ ਨਹੀਂ ਕਰਨਾ ਚਾਹੀਦਾ ਹੈਗਾ। ਤੇ ਜਿਸ ਤਰ੍ਹਾਂ ਦਾ ਹੈਗਾ ਵੀ ਇਸ ਤਰ੍ਹਾਂ ਟਵੀਟ ਕੀਤਾ ਜਾ ਰਿਹਾ ਵੀ ਜਿਸ ਤਰ੍ਹਾਂ ਨਾ ਵੀ ਲੋਕਾਂ ਦੇ ਵਿੱਚ ਹੀ ਗੱਲ ਪਹੁੰਚਾਉਣ ਦੀ ਗੱਲ ਆ ਵੀ ਕਿਸੇ ਨੂੰ ਬਦਨਾਮ ਕਰਨ ਵਾਸਤੇ ਹੀ ਆ, ਜਿਵੇਂ ਭਗਵੰਤ ਮਾਨ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੇ ਜਿਹੜੇ ਚੰਨੀ ਸਾਹਿਬ ਆ ਉਹ ਮੁੱਖ ਮੰਤਰੀ ਸਾਹਿਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ, ਮੈਨੂੰ ਇਸ ਤਰ੍ਹਾਂ ਦਾ ਲੱਗਦਾ। ਵਾਦ ਵਿਵਾਦ ਸਿਰਫ ਹੋ ਰਿਹਾ, ਟਵਿੱਟਰ ਹੋ ਰਹੇ ਨੇ, ਪ੍ਰੈਸ ਕਾਨਫਰੰਸ ਕੀਤੀਆਂ ਜਾ ਰਹੀਆਂ ਨੇ, ਮਸਲੇ ਸਭ ਤੇ ਚਰਚਾ ਕਰਾਂਗੇ। ਇੱਕ ਖਿਡਾਰੀ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਜਾਂ ਫਿਰ ਭਗਵੰਤ ਮਾਨ ਤੱਕ ਇਹ ਗੱਲ ਪਹੁੰਚਾਈ ਜਾਂਦੀ ਹੈ ਕਿ ਉਸਨੂੰ ਨੌਕਰੀ ਦੇ ਨਾਮ ਤੇ 2 ਕਰੋੜ ਰੁਪਏ ਉਸ ਤੋਂ ਮੰਗੇ ਜਾਂਦੇ ਨੇ, ਰਿਸ਼ਵਤ ਮੰਗੀ ਜਾਂਦੀ ਹੈ ਚੰਨੀ ਸਾਹਿਬ ਦੇ ਰਿਸ਼ਤੇਦਾਰਾਂ ਦੇ ਕੋਲੋਂ, ਇਸ ਸਭ ਮਸਲੇ ਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਅੱਗੇ ਵੀ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੇ ਮਸਲੇ ਆਏ ਨੇ,
ਕਿ ਜਿਹੜਾ ਮੰਤਰੀ ਹੁੰਦਾ ਜਾਂ ਮੁੱਖ ਮੰਤਰੀ ਆ ਉਹ ਸਿੱਧਾ ਆਪ ਨਵਾਜ਼ ਨਹੀਂ ਹੁੰਦਾ ਜੀ, ਤਾਂ ਕਿਸੇ ਨਾ ਕਿਸੇ ਕੋਈ ਉਹਦਾ ਰਿਸ਼ਤੇਦਾਰ ਜਾਂ ਕੋਈ ਉਹਦਾ ਨੇੜੇ ਵਾਲਾ ਬੰਦਾ ਉਹ ਇਹ ਕੰਮ ਕਰਦਾ, ਰਿਸ਼ਵਤ ਮੰਗਦੇ ਆ। ਕਦੀ ਵੀ ਜਿਹੜੇ ਵੱਡੇ ਬੰਦੇ ਆ ਜਾਂ ਵੱਡੇ ਅਫਸਰ ਨੇ ਉਹ ਸਿੱਧਾ ਆਪ ਜਿਹੜਾ ਵਾ ਉਹ ਰਿਸ਼ਵਤ ਨਹੀਂ ਦਿੰਦੇ। ਉਹਨਾਂ ਨੇ ਕਿਸੇ ਨਾ ਕਿਸੇ ਨੂੰ ਕਿਹੜਾ ਫਲਾਣੇ ਬੰਦੇ ਨੂੰ ਜਾ ਕੇ ਮਿਲ ਲਓ। ਇਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਪਹਿਲਾਂ ਵੀ ਚੱਲਦਾ ਰਿਹਾ। ਆਪਾਂ ਮੇਰਾ ਕਹਿਣ ਦਾ ਭਾਵ ਇਹ ਨਹੀਂ ਕਿ ਚੰਨੀ ਸਾਹਿਬ ਦੋਸ਼ੀ ਨੇ, ਮਤਲਬ ਇਹ ਜਿਹੜੀ ਪਰੰਪਰਾ ਵਾ ਉਹ ਇਹ ਸਿਆਸਤ ਦੇ ਵਿੱਚ ਪਹਿਲਾਂ ਵੀ ਚੱਲਦੀ ਰਹੀ ਆ, ਤੇ ਹੋ ਸਕਦਾ ਵੀ ਹੁਣ ਵੀ ਇਸ ਤਰ੍ਹਾਂ ਹੋਵੇ। ਕਈ ਵਾਰ ਇਹ ਵੀ ਹੋ ਸਕਦਾ ਵਾ ਵੀ ਕਈ ਰਿਸ਼ਤੇਦਾਰ ਹੁੰਦੇ ਆ ਉਹ ਆਪਣੇ ਨੇੜੇ ਤੇ ਜਿਹੜਾ ਉੱਚ ਅਹੁਦੇ ਤੇ ਬਿਰਾਜਮਾਨ ਹੁੰਦਾ ਮੁੱਖ ਮੰਤਰੀ ਦਾ ਅਹੁਦਾ ਕੋਈ ਛੋਟਾ ਨੀਗਾ, ਉਹਦਾ ਆਸਰਾ ਲੈ ਕੇ, ਕਿਉਂਕਿ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਉਹ ਉਹਨਾਂ ਦੇ ਕੋਲੇ ਕੋਠੀ ਦੇ ਵਿੱਚ ਵੀ ਉਹਨਾਂ ਦੇ ਦਫ਼ਤਰ ਦੇ ਵਿੱਚ ਵੀ ਆਮ ਆ ਜਾ ਸਕਦੇ ਹੁੰਦੇ ਆ, ਤੇ ਹਰੇਕ ਬੰਦਾ ਨਹੀਂ ਜਾ ਸਕਦਾ ਹੁੰਦਾ, ਤੇ ਇਸ ਕਰਕੇ ਲੋਕਾਂ ਨੂੰ ਵਿਸ਼ਵਾਸ ਵੀ ਬਣਿਆ ਹੁੰਦਾ ਵੀ ਹਾਂ ਜੀ ਇਹਦਾ ਰਿਸ਼ਤੇਦਾਰ ਆ ਤੇ ਇਹ ਕੰਮ ਕਰਾ ਸਕਦਾ ਵਾ। ਅਜਿਹੇ ਕਈ ਮਾਮਲੇ ਅੱਗੇ ਵੀ ਸਾਹਮਣੇ ਆਏ ਨੇ, ਹੋ ਸਕਦਾ ਵੀ ਇਹ ਵੀ ਇਸ ਤਰ੍ਹਾਂ ਦਾ ਹੀ ਮਸਲਾ ਹੋਵੇ ਕਿ ਰਿਸ਼ਤੇਦਾਰ ਨੇ ਆਪਦੇ ਤੌਰ ਤੇ ਵੀ ਰਿਸ਼ਵਤ ਲੈ ਦੀ ਮੰਗ ਕਰ ਸਕਦਾ, ਤਾਂ ਇਹ ਵੀ ਹੋ ਸਕਦਾ ਕਿ ਜਿਹੜੀ ਆ ਦਾਲ ਕੁਛ ਕਾਲੀ ਵੀ ਹੋ ਸਕਦੀ ਆ, ਕਿਉਂਕਿ ਪਹਿਲਾਂ ਇਸ ਤਰ੍ਹਾਂ ਜਿਹੜਾ ਵਾ ਚੱਲਦਾ ਰਿਹਾ ਤੇ ਰਿਸ਼ਤੇਦਾਰਾਂ ਦੇ ਰਾਹੀਂ ਜਿਹੜੇ ਵੱਡੇ ਅਫਸਰ ਵੀ ਤੇ ਵੱਡੇ ਜਿਹੜੇ ਲੀਡਰ ਆ ਉਹ ਵੀ ਪੈਸਾ ਇਕੱਠਾ ਕਰਦੇ ਰਹੇ, ਇਹ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਚੇਤਾਵਨੀਆਂ ਦੀ ਗੱਲ ਕਰਾਂਗੇ, ਤੁਸੀਂ ਪਹਿਲਾਂ ਕਿਹਾ ਕਿ ਪਹਿਲਾਂ ਵੀ ਕਈ ਐਸੇ ਮੰਤਰੀ ਵੀ ਫੜੇ ਗਏ ਨੇ, ਆਮ ਆਦਮੀ ਪਾਰਟੀ ਨੇ ਆਪਣੇ ਹੀ ਮੰਤਰੀਆਂ ਨੂੰ ਵੀ ਫੜਿਆ ਰਿਸ਼ਵਤ ਲੈਂਦੇ, ਸੋ ਉਹਨਾਂ ਨੂੰ ਜੇਕਰ ਐਟ ਏ ਟਾਈਮ ਤੇ ਫੜਿਆ ਜਾ ਸਕਦਾ ਤਾਂ ਹੁਣ ਸਿਰਫ ਚੇਤਾਵਨੀਆਂ ਦੇਣੀਆਂ ਜਾਂ ਫਿਰ ਟਵਿੱਟਰ ਕਰਕੇ ਇਸ ਗੱਲ ਦੀ ਚੇਤਾਵਨੀ ਦੇਣੀ ਕਿ ਤੁਸੀਂ ਜਨਤਕ ਕਰ ਦਿਓ, ਤੁਹਾਨੂੰ ਇੰਨੇ ਸਮੇਂ ਤੱਕ ਦਾ ਅਲਟੀਮੇਟਮ ਦਿੱਤਾ ਜਾਂਦਾ, ਇਹ ਕਿਸ ਹੱਦ ਤੱਕ ਸਹੀ ਲੱਗਦਾ? ਦੇਖੋ ਮੈਨੂੰ ਇਹ ਲੱਗਦਾ ਵਾ ਵੀ ਕਿਉਂਕਿ ਸਾਬਕਾ ਮੁੱਖ ਮੰਤਰੀ ਆ ਚੰਨੀ ਸਾਹਿਬ ਪੰਜਾਬ ਦੇ, ਇਸ ਕਰਕੇ ਜਿਹੜਾ ਉਹਨਾਂ ਨੂੰ ਸਿੱਧਾ ਹੱਥ ਨਹੀਂ ਪਾਇਆ ਜਾ ਰਿਹਾ, ਤੇ ਇਹ ਵੀ ਹੋ ਸਕਦਾ ਵੀ ਜੇ ਉਹਦੇ ਰਿਸ਼ਤੇਦਾਰਾਂ ਨੇ ਕੋਈ ਗਲਤੀ ਕੀਤੀ ਆ ਤਾਂ ਉਹਦੇ ਰਿਸ਼ਤੇਦਾਰ ਭੁਗਤਣ, ਚੰਨੀ ਤੇ ਉਹਦਾ ਪ੍ਰਭਾਵ ਜਿਹੜਾ ਨਾ ਪਵੇ। ਹੋ ਸਕਦਾ ਵਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਇਹ ਵੀ ਸੋਚ ਹੋਵੇ ਵੀ ਜੇ ਚੰਨੀ ਸਾਹਿਬ ਦੇ ਰਿਸ਼ਤੇਦਾਰਾਂ ਨੇ ਕੋਈ ਗਲਤੀ ਕੀਤੀ ਆ, ਹੋ ਸਕਦਾ ਵਾ ਵੀ ਚੰਨੀ ਸਾਹਿਬ ਨੂੰ ਨਾ ਪਤਾ ਹੋਵੇ ਜਾਂ ਨਾ ਦੱਸਿਆ ਹੋਵੇ। ਜੇ ਪਾਸੇ ਪਾਸੇ ਰਿਸ਼ਵਤ ਮੰਗੀ ਗਈ ਆ ਜਾਂ ਲਈ ਗਈ ਆ ਤਾਂ ਉਹਦੇ ਵਿੱਚ ਜਿਹੜਾ ਚੰਨੀ ਸਾਹਿਬ ਦੋਸ਼ੀ ਨਾ ਬਣਨ, ਉਹ ਆਪਣੇ ਆਪ ਹੀ ਦੱਸ ਦੇਣ ਵੀ ਹਾਂ ਵੀ ਮੇਰੇ ਫਲਾਣੇ ਰਿਸ਼ਤੇਦਾਰ ਨੇ ਆਹ ਜਿਹੜੀ ਗਲਤੀ ਕੀਤੀ ਆ ਤੇ ਮੈਂ ਉਹਦੀ ਮਾਫ਼ੀ ਮੰਗਦਾ ਵਾਂ, ਜਾਂ ਮਤਲਬ ਹੋਏ ਵੀ ਉਹ ਜਿਹੜਾ ਸੰਬੰਧਿਤ ਬੰਦਾ ਉਹਦਾ ਰਿਸ਼ਤੇਦਾਰ ਆ ਜਿਹਨੇ ਰਿਸ਼ਵਤ ਮੰਗੀ ਆ ਉਹਦੇ 'ਤੇ ਡਾਇਰੈਕਟਲੀ ਜਿਹੜਾ ਕੇਸ ਦਰਜ ਹੋ ਜਾਵੇ, ਤੇ ਉਹ ਤੇ ਇਸ ਤਰ੍ਹਾਂ ਵੀ ਹੋ ਸਕਦਾ ਵੀ ਉਹਨਾਂ ਨੇ ਇਹਨਾਂ ਦੇ ਨਾਂ ਦੀ ਦੁਰਵਰਤੋਂ ਕੀਤੀ ਆ ਤੇ ਰਿਸ਼ਵਤ ਜਿਹੜੀ ਮੰਗੀ ਗਈ ਆ, ਤੇ ਜਿਹੜੀ ਹੈਗੀ ਆ ਵੀ ਇੱਕ ਦੂਜੇ ਤੇ ਇਲਜ਼ਾਮ ਲਾਉਣੇ, ਇਹ ਇੱਕ ਪੰਜਾਬ ਦੇ ਵਿੱਚ ਜਿਹੜੀ ਨਵੀਂ ਤਰ੍ਹਾਂ ਦੀ ਪਰੰਪਰਾ ਪਾ ਰਹੇ ਨੇ ਵੀ ਇੱਕ ਦੂਜੇ ਨੂੰ ਲਲਕਾਰਨਾ, ਕੀ ਹੁੰਦਾ ਸੀ ਪਿੰਡਾਂ ਦੇ ਵਿੱਚ ਲੜਾਈ ਹੋਣੀ, ਸ਼ਾਇਦ ਤੁਸੀਂ ਤਾਂ ਉਹ ਮਾਹੌਲ ਵੇਖਿਆ ਨਹੀਂ, ਅਸੀਂ ਪਿੰਡਾਂ ਦੇ ਵਿੱਚ ਦੇਖਦੇ ਰਹੇ ਹਾਂ ਵੀ ਉਦੋਂ ਪਿੰਡਾਂ ਦੇ ਵਿੱਚ ਆ ਜਿਹੜੀਆਂ ਠੇਕੇ ਠੁੱਕੇ ਵਾਲੀਆਂ ਸ਼ਰਾਬਾਂ ਨਹੀਂ ਹੁੰਦੀਆਂ, ਲੋਕੀ ਆਪਦੀ ਰੂੜੀ ਮਾਰ ਕੇ ਸ਼ਰਾਬ ਕਰਦੇ ਹੁੰਦੇ ਸੀ ਤੇ ਪੀ ਲੈਣੀ, ਕਿਸੇ ਨੇ ਇੱਕ ਬੰਨੇ ਪਿੰਡ ਦੇ ਟਾਂਗਰ ਮਾਰ ਦੇਣੀ ਤੇ ਦੂਸਰੇ ਪਾਸੇ ਜਿਹਨੇ ਪੀਤੀ ਉਹਨੇ ਜ਼ਰੂਰ ਟਾਂਗਰ ਮਾਰ ਦੇਣੀ, ਇਸ ਤਰ੍ਹਾਂ ਹੀ ਕਈ ਵਾਰ ਟਾਂਗਰਾਂ ਮਾਰਦਿਆਂ ਮਾਰਦਿਆਂ ਹੀ ਲੜਾਈਆਂ ਹੋ ਜਾਣੀਆਂ, ਤੇ ਇਸੇ ਤਰ੍ਹਾਂ ਇਹਨਾਂ ਜਿਹੀ ਇੱਕ ਪੰਜਾਬ ਦੀ ਪੁਰਾਣੀ ਪਰੰਪਰਾ ਵਾ ਵੀ ਲਲਕਾਰਨਾ, ਇੱਕ ਦੂਜੇ ਨੂੰ ਲਲਕਾਰ ਰਿਹਾ, ਇਸ ਮਸਲੇ ਚੋਂ ਕੁਛ ਨਿਕਲਦਾ ਵਾ ਜਾਂ ਨਹੀਂ ਨਿਕਲਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ, ਪਰ ਇਉਂ ਲੋਕਾਂ ਨੂੰ ਲੱਗ ਰਿਹਾ ਵੀ ਕੀ ਤਮਾਸ਼ਾ ਜਿਹਾ ਕੀਤਾ ਜਾ ਰਿਹਾ, ਇਹ ਲੋਕਾਂ ਦੇ ਵਿੱਚ ਜ਼ਰੂਰ ਚਰਚਾ ਹੈਗੀ ਵੀ ਇਸ ਤਰ੍ਹਾਂ ਦਾ ਜਿਹੜਾ ਤਮਾਸ਼ਾ ਵਾ ਉਹ ਐਡੇ ਵੱਡੇ ਰੁਤਬੇ ਵਾਲੇ ਬੰਦਿਆਂ ਨੂੰ ਜਿਹੜਾ ਨਹੀਂ ਸੋਭਦਾ ਜੀ। ਰਿਸ਼ਵਤ ਦੀ ਆਪਾਂ ਗੱਲ ਕਰਾਂਗੇ ਕਿ 2 ਕਰੋੜ ਕੋਈ ਛੋਟੀ ਰਕਮ ਨਹੀਂ ਹੁੰਦੀ, 2 ਕਰੋੜ ਰੁਪਏ ਮੰਗੇ ਜਾਂਦੇ ਨੇ ਨੌਕਰੀ ਦਿਵਾਉਣ ਦੇ ਨਾਮ ਤੇ, ਐਸਾ ਕਿਹੜਾ ਡਿਪਾਰਟਮੈਂਟ ਹੈ ਪੰਜਾਬ ਦਾ ਕਿ ਜਿਹਦੇ ਵਿੱਚ ਕਿ 2 ਕਰੋੜ ਦੀ ਨੌਕਰੀ ਜਿਹੜੀ ਲਈ ਜਾ ਰਹੀ ਹੈ, 2 ਕਰੋੜ ਰੁਪਏ ਦੇ ਕੇ ਨੌਕਰੀ ਲਈ ਜਾ ਰਹੀ ਹੈ, ਆਉਣ ਵਾਲੇ ਸਾਲਾਂ ਦੇ ਵਿੱਚ ਐਸਾ ਕਿਹੜਾ ਡਿਪਾਰਟਮੈਂਟ ਹੋਏਗਾ ਕਿ ਇਹ ਸਾਰੀ ਜਿਹੜੀ ਪੈਸਾ ਦਿੱਤਾ ਜਾ ਰਿਹਾ ਇਸਦਾ ਭੁਗਤਾਨ ਹੋ ਜਾਊਗਾ ਉਸੇ ਸਮੇਂ ਦੇ ਵਿੱਚ? ਦੇਖੋ ਜੀ, ਪਹਿਲੀ ਤਾਂ ਗੱਲ ਇਹ ਆ ਵੀ ਜਿਹੜੇ ਖਿਡਾਰੀ ਹੁੰਦੇ ਨੇ ਉਹਨਾਂ ਨੂੰ ਬਹੁਤੀ ਜਿਹੜੀ ਆ ਸੁਰੱਖਿਆ ਫੋਰਸਾਂ ਦੇ ਵਿੱਚ, ਪੰਜਾਬ ਪੁਲਿਸ ਦੇ ਵਿੱਚ, BAP ਦੇ ਵਿੱਚ ਜਾਂ ਜਿਹੜੇ ਅਜਿਹੇ ਅਦਾਰੇ ਹੁੰਦੇ ਨੇ ਉਹਨਾਂ ਦੇ ਵਿੱਚ ਜ਼ਿਆਦਾ ਭਰਤੀ ਕੀਤਾ ਜਾਂਦਾ, ਤੇ ਕਈ ਅਹਿਮ ਮੁੱਦਿਆਂ ਤੇ ਜਿਵੇਂ ਪਹਿਲਾਂ ਬਿਜਲੀ ਬੋਰਡ ਦੇ ਵਿੱਚ ਵੀ ਭਰਤੀ ਕਰਦੇ ਰਹੇ, ਹੋਰ ਅਦਾਰਿਆਂ ਦੇ ਵਿੱਚ ਵੀ ਕੰਮ ਜਿਹੜੇ ਕਰਦੇ ਰਹੇ ਨੇ ਖਿਡਾਰੀ, ਉਹਦਾ ਇਹ ਹੁੰਦਾ ਵੀ ਉਹਨਾਂ ਨੇ ਡਿਊਟੀ ਤੇ ਜਾਣਾ ਨਹੀਂ ਹੁੰਦਾ ਤੇ ਜਿਹੜੀ ਤਨਖਾਹ ਜਿੰਨੀ ਮਿਲਣੀ ਆ ਉਹਨੂੰ ਵੀ ਉਹ ਇੱਕ ਪੈਨਸ਼ਨ ਹੀ ਸਮਝਦੇ ਨੇ, ਪਰ ਇਹ ਜ਼ਰੂਰ ਸਵਾਲ ਵੀ ਪੈਦਾ ਹੁੰਦਾ
ਕੀ 2 ਕਰੋੜ ਰੁਪਈਆ ਜੇ ਰਿਸ਼ਵਤ ਮੰਗੀ ਗਈ ਆ ਤੇ ਉਹਨੇ ਪਹਿਲਾਂ ਕਮਾਇਆ ਹੋਊ ਜਾਂ ਉਹਨੂੰ ਜਿਹੜੀ ਖੇਡ ਖੇਡਦੇ ਆ ਉਹ ਗੇਮ ਖੇਡਦੇ ਆ ਉਹ ਚੋਂ ਇੰਨਾ ਪੈਸਾ ਆਉਂਦਾ ਕਬੱਡੀ ਜਿਹੜੀ ਪਿਛਲੇ ਸਮੇਂ ਦੇ ਵਿੱਚ ਚਰਚਾ ਦੇ ਵਿੱਚ ਰਹੀ ਆ ਉਹਦੇ ਵਿੱਚ ਬਹੁਤ ਸਾਰਾ ਜਿਹੜਾ ਖਿਡਾਰੀਆਂ ਨੂੰ ਵੀ ਪੈਸਾ ਮਿਲਦਾ ਰਿਹਾ ਕਿਉਂਕਿ ਉਹਦੇ ਵਿੱਚ ਜਿਹੜੇ ਗੈਂਗਸਟਰ ਨੇ ਉਹ ਐਂਟਰੀ ਕਰਕੇ ਸੀਗੇ ਤੇ ਉਹਦੇ ਵਿੱਚ ਹੁਣ ਜਿਹੜੀਆਂ ਬਹੁਤ ਸਾਰੇ ਜਿਹੜੇ ਕਤਲ ਵੀ ਹੋਏ ਨੇ ਤੇ ਬਹੁਤ ਸਾਰੇ ਜਿਹੜੇ ਮਸਲੇ ਸਾਹਮਣੇ ਆ ਰਹੇ ਨੇ ਵੀ ਬਹੁਤ ਸਾਰਾ ਜਿਹੜਾ ਪੈਸਾ ਵਾ ਉਹ ਜਿਹੜੇ ਗੈਂਗਸਟਰ ਜਿਹੜੇ ਵਿੱਚ ਸੀ ਉਹਦੇ ਲਾ ਰਹੇ ਸੀ ਕੋਈ ਇਹੋ ਜਿਹਾ ਵੀ ਮਸਲਾ ਹੋ ਸਕਦਾ ਵਾ ਕਿ ਉਹਦੇ ਕੋਲ 2 ਕਰੋੜ ਭੇਜ ਦਾ ਇਹ ਗੱਲ ਵੀ ਆਏ ਕਿੱਥੋਂ ਦੂਸਰੀ ਗੱਲ ਆ ਵੀ ਵਾਕਈ ਵੀ ਇੰਨੀ ਕੋਈ ਹੈਗੀ ਨੀ ਵੀ ਜਿਹਦੇ ਵਿੱਚ ਉਹਨਾਂ ਨੂੰ 5 ਲੱਖ ਰੁਪਈਆ ਇੱਕਦਮ ਤਨਖਾਹ ਮਿਲਣੀ ਸ਼ੁਰੂ ਹੋ ਜਾਏ ਕੋਈ ਇਹੋ ਜਿਹਾ ਹੈਗਾ ਨੀ ਗਾ ਤੇ ਉਹਨੇ ਭਰਪਾਈ ਕਿੱਥੋਂ ਕਰਨੀ ਪਰ ਜਿਹੜੀ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਉਹ ਇਸ ਤਰ੍ਹਾਂ ਦੀ ਨਹੀਂ ਉਹ ਕਈ ਵਾਰ ਦੂਰ ਦੇਸ਼ੀ ਨਾਲ ਨਹੀਂ ਸੋਚਦੇ ਕਿ ਜੇ ਅਸੀਂ 2 ਕਰੋੜ ਰੁਪਈਆ ਦੇ ਦਿਆਂਗੇ ਤੇ ਉਹ ਸਾਡੀ ਭਰਪਾਈ ਕਦੋਂ ਹੋਊਗੀ ਹੁਣ ਜੇ ਵਿਦੇਸ਼ਾਂ ਚ ਵੀ ਨੌਜਵਾਨ ਭੱਜ ਰਹੇ ਨੇ ਉਹ ਇਹ ਨੀ ਸੋਚਦੇ ਪਈਆਂ ਨੇ ਰਾਹ ਚ ਹੀ ਫੜੇ ਜਾਂਦੇ ਨੇ ਰਾਹ ਚ ਹੀ ਰਹਿ ਜਾਂਦੇ ਨੇ ਜਾਣ ਤੋਂ ਵੀ ਹੱਥ ਧੋਣਾ ਪੈਂਦਾ ਵੀ ਉਹ ਦਾਅ ਲਾ ਦਿੰਦੇ ਨੇ ਇਹ ਪੰਜਾਬ ਦੀ ਮਾਨਸਿਕਤਾ ਵਾ ਹੋ ਸਕਦਾ ਵੀ ਅਗਲੇ ਨੇ ਜ਼ਮੀਨ ਵੇਚੀ ਹੋਵੇ ਜਾਂ ਕਈ ਵਾਰ ਦੱਸਦਾ ਵੀ ਪਰਿਵਾਰ ਦੇ ਵਿੱਚ ਹੀ ਕੋਈ ਅਜਿਹੇ ਬਿਜ਼ਨਸ ਚੱਲਦੇ ਹੁੰਦੇ ਨੇ ਤੇ ਉਹਨਾਂ ਤੋਂ ਵੀ ਪੈਸਾ ਆਇਆ ਹੁੰਦਾ ਉਹਨੇ ਵੀ ਪੈਸਾ ਕਿਸ ਤਰ੍ਹਾਂ ਹਾਸਲ ਕੀਤਾ ਵੀ ਜਦੋਂ ਭਗਵੰਤ ਮਾਨ ਜੀ ਪ੍ਰੈਸ ਦੇ ਵਿੱਚ ਸਾਹਮਣੇ ਲਿਆਉਣਗੇ ਫੋਟੋ ਲਿਆਉਣਗੇ ਉਸ ਬੰਦੇ ਨੂੰ ਪੇਸ਼ ਕਰਨਗੇ ਉਹ ਤਾਂ ਫੇਰ ਹੀ ਗੱਲ ਜਿਹੜੀ ਆ ਸਾਫ਼ ਹੋਊਗੀ ਉਹਨਾਂ ਚਿਰ ਤਾਂ ਇੱਕ ਜਿਹੜਾ ਨਾ ਦਵੰਦ ਜਿਹਾ ਬਣਿਆ ਹੀ ਹੋਇਆ ਵੀ ਇਹ ਕਿਸ ਤਰ੍ਹਾਂ ਹੋ ਗਿਆ ਕਿਵੇਂ ਹੋ ਗਿਆ ਪਰ ਜਿਸ ਤਰ੍ਹਾਂ ਦੇ ਇਹ ਮਸਲਾ ਉਲਝ ਰਿਹਾ ਵਾ ਤੇ ਲੋਕਾਂ ਦੇ ਵਿੱਚ ਜਿਹੜਾ ਇਸ ਅਹੁਦੇ ਨੂੰ ਜਿਹੜਾ ਵਾ ਸ਼ਾਨ ਵਾਲਾ ਅਹੁਦਾ ਵਾ ਤੇ ਉਹਦੀ ਜਿਹੜੀ ਮੈਂ ਸਮਝਦਾ ਵੀ ਲੋਕਾਂ ਚੰਗਾ ਅਕਸ ਜਿਹੜਾ ਇਸ ਪ੍ਰਤੀ ਜਿਹੜਾ ਨਹੀਂ ਜਾ ਰਿਹਾ ਜੇ ਇਲਜ਼ਾਮ ਲਾਉਣੇ ਹੀ ਸੀਗੇ ਜਾਂ ਜੇ ਅਸਲ ਦੇ ਵਿੱਚ ਹੀ ਹੈ ਆ ਤਾਂ ਠੀਕ ਆ ਜਿਸ ਤਰ੍ਹਾਂ ਆਪਣੇ ਚੰਨੀ ਸਾਹਿਬ ਨੇ ਕਿਹਾ ਵੀ ਫਿਰ ਮੈਨੂੰ ਟਾਈਮ ਕਦੋਂ ਦਿੱਤਾ ਜਾਂਦਾ ਮੇਰੇ ਤੇ ਕੇਸ ਦਰਜ ਕੀਤਾ ਜਾਵੇ ਤੇ ਜਿਹੜਾ ਵਾ ਫੜ ਲਿਆ ਜਾਵੇ ਅੱਗੇ ਵੀ ਇਸ ਤਰ੍ਹਾਂ ਹੁੰਦਾ ਵਾ ਕਈ ਲੀਡਰ ਹੁਣ ਆਮ ਆਦਮੀ ਪਾਰਟੀ ਨੇ ਆਪਦੇ ਤਾਂ ਹੁਣ ਲੀਡਰ ਆਪਦੇ ਜਿਹੜੇ ਮੰਤਰੀ ਸੀ ਉਹ ਵੀ ਤਾਂ ਫੜੇ ਨੇ ਇਹ ਤਾਂ ਹੈ ਹੀ ਆ ਵੀ ਕੋਈ ਵੀ ਰਿਸ਼ਵਤ ਲੈਂਦਾ ਪੰਜਾਬ ਦੇ ਵਿੱਚ ਭਾਵੇਂ ਉਹ ਹੁਣ ਆਮ ਆਦਮੀ ਪਾਰਟੀ ਸਰਕਾਰ ਆ ਉਹਨਾਂ ਦਾ ਬੰਦਾ ਜਾਂ ਜਿਹੜੇ ਪਹਿਲਾਂ ਘਪਲੇ ਹੋਏ ਨੇ ਉਹ ਲੋਕਾਂ ਦੇ ਸਾਹਮਣੇ ਆਉਣੇ ਚਾਹੀਦੇ ਆ ਜਿਹੜੇ ਘਪਲੇ ਕਰਨ ਵਾਲੇ ਨੇ ਉਹਨਾਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ ਤਾਂ ਹੀ ਜਿਹੜੀ ਪੰਜਾਬ ਦਾ ਜਿਹੜਾ ਸਾਰਾ ਪ੍ਰਬੰਧ ਆ ਉਹ ਸੁਧਰ ਸਕਦਾ ਕਿਉਂਕਿ ਇਹ ਪੰਜਾਬ ਦੇ ਵਿੱਚ ਬਹੁਤ ਗੜਬੜੀਆਂ ਹੋਈਆਂ ਨੇ ਇਹ ਨਹੀਂ ਆਪਾਂ ਕਹਿ ਸਕਦੇ ਕਿ ਪਿਛਲੇ ਸਮੇਂ ਦੇ ਵਿੱਚ ਅਜਿਹੇ ਨੌਕਰੀ ਲੈਣ ਵਾਸਤੇ ਪੈਸਾ ਨਹੀਂ ਚੱਲਦਾ ਰਿਹਾ ਕਈ ਵਾਰ ਇਹ ਹੁੰਦਾ ਵੀ ਆਪਾਂ ਨੂੰ ਸਬੂਤ ਜਟਾਉਣੇ ਬਹੁਤ ਔਖੇ ਹੋ ਜਾਂਦੇ ਆ ਅਸਲ ਦੇ ਵਿੱਚ ਪੈਸਾ ਲਿਆ ਹੁੰਦਾ ਪਰ ਜਿਹਨੇ ਦਿੱਤਾ ਹੁੰਦਾ ਉਹ ਵੀ ਬੋਲਣ ਨੂੰ ਤਿਆਰ ਨਹੀਂ ਜਿਹਨੇ ਲਿਆ ਹੁੰਦਾ ਉਹਨੇ ਤਾਂ ਬੋਲਣਾ ਹੀ ਕੀ ਆ ਇਸ ਕਰਕੇ ਜਿਹੜੀ ਇਹ ਰਿਸ਼ਵਤ ਵਾਲੀ ਗੱਲ ਆ ਚੰਗੀ ਗੱਲ ਆ ਵੈਸੇ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਮਾਨ ਜੀ ਨੇ ਇਸ ਪਾਸੇ ਕਾਫੀ ਸ਼ਿਕੰਜਾ ਕੱਸਿਆ ਵਾ ਭਾਵੇਂ ਚੋਰ ਬੋਰੀਆਂ ਚੱਲਦੀਆਂ ਰਹਿੰਦੀਆਂ ਨੇ ਚੋਰ ਬੋਰੀਆਂ ਹੋ ਸਕਦਾ ਵੀ ਅਜੇ ਵੀ ਚੱਲਦੀਆਂ ਨੇ ਤੇ ਚੱਲਦੀਆਂ ਰਹਿਣਗੀਆਂ ਪਰ ਅਫਸਰਸ਼ਾਹੀ ਦੇ ਵਿੱਚ ਵੀ ਲੋਕਾਂ ਦੇ ਵਿੱਚ ਵੀ ਖੁਦ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਜਿਹੜੇ ਉਹਨਾਂ ਦੇ MLA ਨੇ ਉਹਨਾਂ ਦੇ ਵਿੱਚ ਵੀ ਇਸ ਗੱਲ ਦੀ ਦਹਿਸ਼ਤ ਆ ਤੇ ਵਿਰੋਧੀਆਂ ਦੇ ਵਿੱਚ ਤਾਂ ਹੋਣੀ ਹੋਣੀ ਆ ਤੇ ਇਹ ਹੁੰਦਾ ਵੱਖਰੀ ਗੱਲ ਆ ਵੀ ਜਦੋਂ ਕਿਸੇ ਵਿਰੋਧੀ ਤੇ ਪਰਚਾ ਦਰਜ ਹੁੰਦਾ ਜਾਂ ਉਹਦੇ ਕੋਈ ਇਹੋ ਜਿਹੇ ਸਕੈਂਡਲ ਸਾਹਮਣੇ ਆਉਂਦੇ ਆ ਤਾਂ ਫਿਰ ਉਹਦੇ ਤੇ ਰਾਜਨੀਤੀ ਹੋਣੀ ਸ਼ੁਰੂ ਹੋ ਜਾਂਦੀ ਜੀ ਬਦਲਾਖੋਰੀ ਆ ਜੇ ਅਸਲ ਦੇ ਵਿੱਚ ਕੋਈ ਵੀ ਮੈਂ ਸਮਝਦਾ ਵਾ ਵੀ ਰਿਸ਼ਵਤਖੋਰੀ ਕਿਸੇ ਨੇ ਵੀ ਕੀਤੀ ਆ ਜਾਂ ਕੋਈ ਕਰ ਰਿਹਾ ਤਾਂ ਉਹਨੂੰ ਕਿਸੇ ਵੀ ਕੀਮਤ ਤੇ ਜਿਹੜਾ ਬਖਸ਼ਣਾ ਨਹੀਂ ਚਾਹੀਦਾ ਤਾਂ ਹੀ ਪੰਜਾਬ ਦੇ ਵਿੱਚ ਜਿਹੜਾ ਵਾ ਸੁਧਾਰ ਆ ਸਕਦਾ ਚੰਨੀ ਸਾਹਿਬ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਮੇਰਾ ਨਾਮ ਹੀ ਕਿਉਂ ਅੱਗੇ ਲਿਜਾਇਆ ਜਾ ਰਿਹਾ ਕੋਈ ਵੀ ਮਸਲਾ ਹੁੰਦਾ ਤਾਂ ਚੰਨੀ ਨੇ ਕੀਤਾ ਹੋਏਗਾ ਇਹ ਗੱਲ ਉਹਨਾਂ ਵੱਲੋਂ ਕਹੀ ਜਾਂਦੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਿਹਾ ਜਾਂਦਾ ਇਸ ਚੀਜ਼ ਦਾ ਉਹਨਾਂ ਨੇ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਚਮਕੌਰ ਸਾਹਿਬ ਗੁਰਦੁਆਰਾ ਪਹੁੰਚੇ ਨੇ ਵੱਖਰੀ ਤਰ੍ਹਾਂ ਦੀ ਅਰਦਾਸ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਉਸ ਸਭ ਦੇ ਤੁਸੀਂ ਕੀ ਕਹੋਗੇ ਦੇਖੋ ਜੀ ਜਿਹੜੀ ਉਹਨਾਂ ਅਰਦਾਸ ਕੀਤੀ ਆ ਮੈਂ ਸਮਝਦਾ ਵੀ ਉਹਨਾਂ ਨੇ ਠੀਕ ਨਹੀਂ ਕੀਤਾ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਕਈ ਵਾਰ ਮਸਲੇ ਆ ਜਾਂਦੇ ਸੀਗੇ ਤੇ ਉਹ ਕਈ ਵਾਰ ਸਹੁੰ ਦੇ ਨੇਮ ਤੇ ਨਿਪਟਦੇ ਹੁੰਦੇ ਸੀ ਫਿਰ ਪਹਿਲੀ ਤਾਂ ਗੱਲ ਆ ਵੀ ਜੇ ਅਸੀਂ ਕਿਸੇ ਨੂੰ ਸਹੁੰ ਹੀ